ਜਨਤਾ ਸਿੰਘ ਜੀ ਘਰ ਤਾਂ ਸਾਡੇ ਬਣਾਇਆ ਨਹੀਂ ਹਜੇ, ਲਾਰੇ ਲਾਈ ਜਾਂਦੇ ਨੇ ਸੀ ਸਾਨੂੰ, ਸੀਰੀ ਸੜਕ ਸੀਰੀ ਲੜਦੇ ਹੈਗੇ, ਟਾਇਰ ਪਾਸ ਕਰਦੇ ਆ ਮਸਾ ਬਣਾਉਂਦੇ ਆ ਮਾੜਾ ਮੋਟਾ, ਊਂਜ ਕਰੀ ਪਿਆ ਕੋਈ ਹੱਲ ਨਹੀਂ। ਇਹ ਮੋਦੀ ਦੇ ਹੋ ਕੇ ਸੀ ਜੀ, ਹਾਂਜੀ ਨਾ ਦੇ ਨੇ ਲਾਰੇ ਲਾਈ ਜਾਂਦੇ ਨਾ, ਪਾਸ ਹੋ ਕੇ ਕਹਿ ਦਿੰਦੇ ਨੇ, ਫਿਰ ਕਹਿ ਦਿੰਦੇ ਨਾ, ਛੇ ਮਹੀਨਿਆਂ ਨੂੰ ਕਹਿ ਦਿੰਦੇ, ਦੋ ਮਹੀਨਿਆਂ ਨੂੰ ਅਸੀਂ ਕਰੀ ਜਾਂਦੇ। ਆਹ ਕਮੇਟੀ ਵਾਲੇ ਜੀ, ਆਹ ਆਪਣੇ ਨਾਂ ਕੀ ਜੀ, ਹਾਂ ਮੋਡ ਮੀਟਿੰਗ। ਨਹੀਂ ਜੀ ਬਣਿਆ ਨਹੀਂ, ਅਸੀਂ ਕਿਰਾਏ 'ਤੇ ਰਹਿੰਦੇ ਹਾਂ ਜੀ, ਤਿੰਨ ਬੇਟੀਆਂ ਅਤੇ ਵੀ ਟਾਈਮ ਪਾਸ ਕਰਦੇ ਹਾਂ ਅਸੀਂ ਵੀ। ਸਾਨੂੰ ਸਰਕਾਰ 4 ਸਾਲ ਹੋ ਗਏ ਲਾਰਾ ਲਾਈ ਜਾਂਦੀ ਹੈ, ਸਾਡਾ ਕੋਈ ਵੀ ਕਮੇਟੀ ਵਾਲੇ ਕੰਮ ਨਹੀਂ ਕਰ ਰਹੇ, ਸਾਨੂੰ ਇੰਨਾ ਟਾਈਮ ਹੋ ਗਿਆ, ਅੱਜ ਆਉਣਗੇ ਸਵੇਰੇ ਆਉਣਗੇ, 6 ਮਹੀਨੇ ਆਉਣਗੇ, ਪਰ ਲਾਰੇ ਲਾਈ ਜਾਂਦੇ, ਸਾਡਾ ਕੰਮ ਨਹੀਂ ਹੋ ਰਿਹਾ ਸਾਡਾ। ਹਾਂਜੀ ਗੇੜੇ ਮਾਰਦੇ ਹਾਂ ਅਸੀਂ, 2-4 ਦਿਨਾਂ ਬਾਅਦ ਆਉਂਦੇ ਹਾਂ, ਬਹਿ ਕੇ ਮੁੜ ਜਾਂਦੇ ਹਾਂ, ਕਹਿੰਦੇ ਹਾਂ ਕਰਵਾਵਾਂਗੇ, ਕੋਈ ਵੀ ਕੰਮ ਨਹੀਂ ਹੋ ਰਿਹਾ ਸਾਡਾ। ਕਿੰਨੇ ਬੱਚੇ ਹੋ? 3 ਬੇਟੀਆਂ ਜੀ, ਆਪ ਦਿਹਾੜੀ ਦੂੜੀ ਕਰਦੇ ਹਾਂ ਜੀ, ਟਾਈਮ ਪਾਸ ਕਰਦੇ ਹਾਂ, ਘਰ ਦਾ ਗੁਜ਼ਾਰਾ ਮਸਾਂ ਚੱਲਦਾ ਗਾ, ਕਿਰਾਏ 'ਤੇ ਬੈਠੇ ਹਾਂ। ਸਾਨੂੰ ਇਹ ਕਿਹੜੀ ਯੋਜਨਾ, ਪ੍ਰਧਾਨ ਮੰਤਰੀ ਯੋਜਨਾ 'ਚ ਕਿੰਨੇ ਪੈਸੇ ਆਏ? ਇਹ ਮੋਦੀ ਵੱਲੋਂ ਜੀ 3 ਰੁਪਏ ਆਏ ਹੋਏ, 99,000 ਜੀ। 99,000? ਨਹੀਂ ਨਹੀਂ ਕੁਛ ਨਹੀਂ ਦਿੱਤਾ ਹੋਇਆ ਜੀ।